ਇਹ ਸੱਚਮੁੱਚ ਹੀ ਰਸਾਇਣ ਸ਼ਾਸਤਰ ਵਿੱਚ ਇੱਕ ਸੁਨਹਿਰਾ ਪ੍ਰਯੋਗ ਹੈ। ਤੁਹਾਨੂੰ ਇਹਦੇ ਲਈ ਐਸੀਟੋਨ, ਨਾਈਕਰੋਮ ਦੀ ਤਾਰ ਅਤੇ ਕੱਚ ਦੀ ਡੰਡੀ, ਕੁਝ ਬੀਕਰ ਅਤੇ ਬਰਨਰ ਚਾਹੀਦੇ ਹਨ। ਪਹਿਲੇ ਐਸੀਟੋਨ ਨੂੰ ਇੱਕ ਵੱਡੇ ਬੀਕਰ ਵਿੱਚ ਡੋਲੋ, ਤਾਂਬੇ ਦੀ ਛੋਟੀ ਸ਼ੀਟ ਨਾਈਕਰੋਮ ਨਾਲ ਜੋੜੋ ਅਤੇ ਉਹਨੂੰ ਕੱਚ ਦੀ ਰੋਕੜ 'ਤੇ ਲਟਕਾ ਦਿਓ। ਤਾਂਬੇ ਨੂੰ ਬਰਨਰ ਦੇ ਥੱਲੇ ਫੜੋ, ਤਾਂਬੇ ਨੂੰ ਬਰਨਰ ਦੇ ਥੱਲੋਂ ਫੜੋ, ਉਹਨੂੰ ਤਦ ਤੱਕ ਗਰਮ ਕਰੋ ਜਦ ਤੱਕ ਚਮਕਣਾ ਸ਼ੁਰੂ ਨਾ ਕਰੇ। ਹੁਣ ਕੱਚ ਦੇ ਡੰਡੇ ਨੂੰ ਬੀਕਰ ਦੇ ਕਿਨਾਰੇ 'ਤੇ ਟਿਕਾਓ ਤਾਂ ਕਿ ਤਾਂਬੇ ਦੀ ਸ਼ੀਟ ਐਸੀਟੋਨ ਤੋਂ ਥੋੜ੍ਹਾ ਉੱਪਰ ਲਟਕੇ। ਤਾਂਬਾ ਐਸੀਟੋਨ ਨੂੰ ਛੂਹਣਾ ਨਹੀਂ ਚਾਹੀਦਾ। ਤੁਸੀਂ ਇਹ ਦੇਖ ਕੇ ਹੈਰਾਨ ਹੋ ਜਾਓਗੇ ਕਿ ਕੁਝ ਦੇਰ ਬਾਅਦ ਤਾਂਬਾ ਚਮਕਣ ਲੱਗ ਜਾਏਗਾ। ਇਹ ਚਮਕਦਾ ਕਿਰਨਾ ਛੱਡਦਾ ਹੈ, ਬਿਲਕੁਲ ਸੁਨਹਿਰਾ ਲੱਗਣ ਲੱਗਦਾ ਹੈ। ਇਹ ਐਸੀਟੋਨ ਦੇ ਧੂੰਏ ਦਾ ਗਰਮ ਪਲੇਟ ਨੂੰ ਸੰਪਰਕ ਵਿੱਚ ਆਉਣ ਕਰਕੇ ਹੁੰਦਾ ਹੈ। ਜਿੱਦਾਂ ਜਿੱਦਾਂ ਤਾਂਬੇ ਦੀ ਪਲੇਟ ਦਾ ਤਾਪਮਾਨ ਡਿੱਗਦਾ ਹੈ, ਚਮਕ ਵੀ ਮਿਟ ਜਾਂਦੀ ਹੈ। ਅਖੀਰ ਵਿੱਚ ਜਦੋਂ ਤੁਸੀਂ ਕੱਚ ਦੇ ਡੰਡੇ ਨੂੰ ਬੀਕਰ ਤੋਂ ਕੱਢੋਗੇ ਤਾਂ ਵੇਖੋਗੇ ਕਿ ਤਾਂਬੇ ਦੀ ਪਲੇਟ ਹਰੀ ਅਤੇ ਕਲੰਕਿਤ ਲੱਗੇਗੀ।